ਸਸੀਆ ਦੋਸਤੋ, ਮੈਂ ਜਸਪ੍ਰੀਤ ਸਿੰਘ, ਸਵਾਗਤ ਹੈ ਤੁਹਾਡਾ ਸਾਰਿਆਂ ਦਾ ਵਲੋਗ ਚੈਨਲ ਦੇ ਵਿੱਚ। ਤੇ ਅੱਜ ਪੰਜਾਬੀ ਦਿਹਾੜਾ, ਮਤਲਬ 21 ਫਰਵਰੀ ਤੇ ਦਿਨ ਨੂੰ ਪੰਜਾਬੀ ਦਿਵਸ ਹੁੰਦਾ। ਤੇ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਬਾਹਰ ਰੌਣਕਾਂ, ਤੇ ਆਪਾਂ ਚੱਲੇ ਨਿਆਣਿਆਂ ਨਾਲ, ਸਾਡੀ ਕਾਟੋ ਵੀ ਤਿਆਰ ਹੈ ਤੇ ਸਾਡਾ ਬਲੂੰਗੜਾ। ਬਲੂੰਗੜਾ ਕਿੱਥੇ ਹੈ ਆਪਣਾ ਕਾਟੋ? ਹੈਲੋ ਬੋਲ, ਸਤਿ ਸ਼੍ਰੀ ਅਕਾਲ ਬੋਲੋ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਬੋਲ ਰਹੀ ਮਨਸੀਰਤ ਕੋਲ। ਅੱਜ ਅਸੀਂ ਚੱਲੇ ਆ ਨਗਰ ਕੀਰਤਨ ਤੇ। ਤੇ ਫਿਰ ਆਪਾਂ ਕਿੱਥੇ ਕਿੱਥੇ ਘੁੰਮ ਕੇ ਆਵਾਂਗੇ ਨਗਰ ਕੀਰਤਨ ਤੇ? ਆਪਾਂ ਸਾਰਾ ਪਿੰਡ ਦੇਖ ਕੇ ਆਵਾਂਗੇ। ਨਾਲੇ ਤੇ ਤੁਹਾਡਾ ਨਾਮ ਬੋਲੋ। ਦੁਕਾਨ ਤੇ ਵੀ ਜਾਵਾਂਗੇ, ਨਾਲ ਪਾਪਾ ਦੇ ਦੋਸਤਾਂ ਦੇ ਨਾਲ ਵੀ ਜਾਵਾਂਗੇ। ਅੱਛਾ, ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਵੀ ਰਣਮਨ ਸਿੰਘ। ਆਪਾਂ ਅੱਜ ਨਗਰ ਕੀਰਤਨ ਚੱਲੇ, ਤੁਸੀਂ ਸਭ ਕੁਝ ਦੇਖੀਏ। ਤੇ ਫਿਰ ਨਗਰ ਕੀਰਤਨ ਪੈਦਲ ਜਾਣਾ ਕਿ ਐਕਟੀਵਾ ਤੇ ਜਾਣਾ ਕਿ ਕਾਰ ਤੇ ਜਾਣਾ? ਕਾਹ ਤੇ ਜਾਣਾ? ਤੁਰ ਕੇ ਚੱਲਾਂਗੇ। ਫਿਰ ਸਾਰਾ ਤੁਰ ਕੇ ਚੱਲ ਜਾਂਗੇ। ਫਿਰ ਆਪਣਾ ਇਹ ਆਪਣਾ ਸਾਡਾ ਡੋਗੀ ਆ, ਮੋਤੀ ਆ, ਬਾਹਰ ਦੇਖੀ ਜਾਂਦਾ ਹੈਗਾ, ਇਹਨੂੰ ਦੇਖ ਲਓ, ਇਹ ਵੀ ਦੇਖੀ ਜਾਂਦਾ ਹੈਗਾ। ਰਮਾਨ ਸਿੰਘ ਤੇ ਸੀਰ, ਸਾਡੀ ਕਾਟੋ ਤਿਆਰ ਹੈ। ਦਿਹਾੜਾ ਪੰਜਾਬੀ ਹੋਣ ਕਰਕੇ ਅੱਜ ਪੂਰੀ ਪੰਜਾਬੀਅਤ ਦੇ ਵਿੱਚ ਕੁੜਤਾ ਪਜਾਮਾ ਤੇ ਸਲਵਾਰ ਤਿਆਰ ਹੈ, ਤਿਆਰ ਪਰ ਤਿਆਰ ਹੈ। ਇਹ ਇੱਦਾਂ ਹੀ ਹੈ। ਫਿਰ ਕਰਦੇ ਡਿਸ਼ 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 ਡੰਗ ਡੰਗ ਲੰਗ 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 ਲੰਗ। ਤੇ ਹੁਣ ਤਿਆਰੀ ਹੈ ਫਿਰ ਕਿੱਥੇ ਜਾਣ ਦੀ? ਚਲੋ ਗੇਟ ਬੰਦ ਕਰ ਦਿਓ ਤੇ ਅਸੀਂ ਹੁਣ ਆਪਾਂ ਚੱਲੇ ਹਾਂ। ਫਿਰ ਚੱਲੀਏ, ਆ ਜਾਓ ਫਿਰ ਚੱਲੀਏ। ਤੇ ਹੋਰ ਜਹਾਜ਼ 'ਤੇ ਜਾਣਾ ਹੈਗਾ ਇੱਧਰ। ਉਹ ਦੇਖੋ ਆਉਂਦੇ ਪਏ ਗਲੀ ਦੇ ਵਿੱਚ, ਅਸੀਂ ਤੁਰ ਪਏ ਹੈਗੇ। ਅਤੇ ਆਪਾਂ ਕਿੱਥੇ ਨੂੰ ਚੱਲੇ ਹੈਗੇ? ਅਤੇ ਅਸੀਂ ਆ ਗਏ ਹਾਂ ਹੁਣ ਰੋਡ 'ਤੇ ਪੈਦਲ ਚੱਲਦੇ ਹੋਏ। ਅਤੇ ਤੁਸੀਂ ਅੱਗੇ ਚੱਲੋ, ਅਤੇ ਇਹ ਦੋਨਿਆਂ ਨੇ ਤਿਆਰੀ ਆ ਅਤੇ ਆਪਾਂ ਚੱਲੇ ਹਾਂ, ਹੈ ਨਾ। ਕਿੱਥੇ ਚੱਲੇ ਹਾਂ ਫਿਰ? ਲਾਡੋ ਮੇਰੀ ਇਕੱਲੀ ਹੀ ਚੱਲੀ ਅੱਜ? ਨਹੀਂ, ਪਾਪਾ ਨਾਲ ਤੇ ਨਾ ਵੀਰ। ਕਿੱਥੇ ਚੱਲੇ ਆ ਕਾਟੋ? ਨਗਰ ਕੀਰਤਨ ਤੇ। ਇਹ ਤਾਂ ਕਿੰਨੇ ਵਾਰੀ ਦੱਸਤਾ ਜੇ ਉੱਥੇ ਦਾਦੂ ਦੀ ਦੁਕਾਨ ਤੇ। ਜੇ ਤੁਸੀਂ ਥੱਕ ਗਏ ਫੇਰ ਤੁਸੀਂ ਚੱਕ ਲਓਗੇ ਸਾਨੂੰ? ਸਾਨੂੰ ਕਿੱਦਾਂ ਗੋਦੀ ਚੱਕ ਲੂੰਗਾ ਮੈਂ? ਕਿੱਦਾਂ ਗੋਦੀ ਚੱਕੂ ਦੱਸੋ? ਜੇ ਚੱਕ ਪਾਉਂਦੇ ਹੋ ਕਿਵੇਂ? ਕਿੱਦਾਂ ਜੇ ਐਵੇਂ ਫੜ ਕੇ ਹੱਥਾਂ ਨਾਲ ਦੇ ਉੱਪਰ ਨੂੰ ਮਾਰ ਦੇ ਲੋਕ ਚੱਕੋਗੇ? ਅੱਛਾ, ਤੇ ਮੈਂ ਤਾਂ ਤੁਹਾਨੂੰ ਦੋਨਾਂ ਨੂੰ ਤਾਂ ਚੱਕ ਨਹੀਂ ਸਕਦਾ ਹੈਗਾ। ਮੈਂ ਵੀ ਜੋ ਬਣਾਉਣਾ ਲੈ ਬਣਾ ਲਾ। ਤਾਂ ਮੈਂ ਵੀ ਬਣਾਣੀ। ਕੋਈ ਨਹੀਂ, ਰੁਕ ਜਾ। ਚਲੋ, ਇਹ ਸਾਡਾ ਰਸਤਾ ਹੈ ਦੁਕਾਨ ਵੀ ਨਹੀਂ ਜਾਂਦੇ ਨੂੰ, ਹਨਾ। ਉੱਥੇ ਜਾ ਹੈ ਉਹ ਟੀਲਾ ਲੱਗਿਆ ਹੋਇਆ। ਤੇ ਦੁਕਾਨ ਤੇ ਫਿਰ ਕੱਲੇ ਕੱਲੇ ਘੁੰਮਣ ਆ ਜਾਇਓ। ਉਹ ਆ ਆਦੀ ਦਾਦੂ, ਆਦੀ ਤਾਂ ਦਾਦੇ ਦਾਦੂ ਤੁੜੀ ਜਾਂਦੇ। ਆ ਦੇਖੋ ਆਦੀ ਕਦੇ ਘਰੇ ਘੁੰਮਣ ਆ ਦੇਖੋ ਅੰਦੇ ਹਾਂ ਆ ਤੇ ਹੁਣ ਉਹ ਡੈਡੀ ਆ ਤੇ ਉਹ ਬੱਚੇ ਉਹਨਾਂ ਨਾਲ ਸਕੂਟਰ ਤੇ। ਚਲਾ ਗਿਆ ਕੀਰਤਨ ਵੀ ਪਹੁੰਚ ਹੀ ਗਿਆ ਤਕਰੀਬਨ। ਬਾਕੀ ਦਾ ਨਜ਼ਾਰਾ ਤੁਹਾਨੂੰ ਅੱਗੇ ਦਿਖਾਉਂਦੇ ਹਾਂ ਆਪਾਂ। ਆ ਜਾਓ ਚੱਲਦੇ ਹਾਂ। ਤੇ ਘੋੜੇ ਸਵਾਰੀ ਤੇ ਨਗਰ ਕੀਰਤਨ 'ਚ ਪਹੁੰਚ ਚੁੱਕੇ ਆ ਆਪਾਂ ਤੇ ਪਿੱਛੇ ਵਾਲੇ ਨਗਰ ਕੀਰਤਨ। ਇਹ ਨਗਰ ਕੀਰਤਨ ਦੀ ਅਗਵਾਈ 5 ਪਿਆਰਿਆਂ ਦੁਆਰਾ ਕੀਤੀ ਜਾਂਦੀ ਹੈ ਅਤੇ 5 ਪਿਆਰੇ ਜਾ ਰਹੇ ਨੇ ਨਗਰ ਕੀਰਤਨ ਦੀ ਅਗਵਾਈ ਕਰਦੇ ਹੋਏ ਅਤੇ ਪਿੱਛੇ ਸਾਰੀ ਸੰਗਤਾਂ ਅਤੇ ਪਿੰਡ ਦੇ ਹੋਰ ਲੋਕ ਅਤੇ ਪਿੱਛੇ ਪਾਲਕੀ ਸਾਹਿਬ ਅਤੇ ਸਭ ਮੱਥਾ ਟੇਕੋ। ਅਤੇ ਹੁਣ ਅੱਗੇ ਅੱਗੇ ਅਸੀਂ ਪਿੰਡਾਂ ਵਿੱਚ ਹੁੰਦੇ ਹੋਏ ਅਸੀਂ ਪਹੁੰਚ ਗਏ ਸੀਗੇ ਮੈਕਸ ਬੰਨੀ ਹੁੰਦੇ ਹੋਏ। ਅਤੇ ਉਸ ਤੋਂ ਬਾਅਦ ਦੇਖੋ ਹਰ ਰਸਤੇ ਵਿੱਚ ਰੁਕ ਕੇ ਜਾਂਦੇ ਹੋਏ ਅਤੇ ਇਹ ਸਭ ਵਾਹਿਗੁਰੂ ਜੀ ਕਿਰਪਾ, ਯਾਰ ਦੋਸਤ ਜਿਹੜੇ ਨਗਰ ਕੀਰਤਨ ਦੇ ਵਿੱਚ ਆਏ ਸੀਗੇ ਗਰੁੱਪ ਜੁੰਡੀਦਾਰ, ਅਤੇ ਵਾਹਿਗੁਰੂ ਜੀ ਸਾਹਿਬ ਸਦਕਾ ਨਗਰ ਕੀਰਤਨ ਪੂਰੇ ਸ਼ਾਮਿਲ ਹੋਏ ਹੋਏ ਅਸੀਂ। ਅਤੇ ਮਿਲਦੇ ਹਾਂ ਆਪਾਂ ਨੈਕਸਟ ਵਲੋਗ ਦੇ ਵਿੱਚ।